ਐਵੇਂ ਗੱਲ ਹੈ ਨਾ ਸਾਈਂ, ਹਰ ਮੁਰੀਦ ਨੂੰ ਹੱਕ ਹਾਸਿਲ ਹੈ। ਮੇਰਾ ਖਿਆਲ ਅੰਦਰ ਗਰਮੀ ਹੈ ਤਾਂ ਤਾਂ ਵਾਸਤੇ ਬਾਹਰ ਖਲੋਤੇ ਨੇ। ਖੈਰ ਜੀ, ਜਿਹੜੇ ਘਰੋਂ ਆ ਗਏ ਨੇ ਉਹ ਇੱਥੇ ਵੀ ਆ ਗਏ ਨੇ, ਜਿਹਨਾਂ ਉਹ ਬਾਹਰ ਬਹਿ ਕੇ ਬਾਹਰ ਖਲੋ ਕੇ ਸੁਣਨਾ ਜਸ਼ਨ, ਅੱਲਾਹ ਉਹਨਾਂ ਨੂੰ ਵੀ ਜ਼ਿੰਦਗੀਆਂ ਦੇਵੇ। ਕਿਉਂਕਿ ਅੱਜ ਖੁਸ਼ੀ ਹੈ, ਅੱਜ ਈਦ ਹੈ, ਹਾਂ ਅੱਜ ਤਾਂ ਰੁੱਸਿਆਂ ਨੂੰ ਵੀ ਮਨਾਉਣਾ ਚਾਹੀਦਾ, ਅੱਜ ਤਾਂ ਬੇਸੁਰੇ ਨੂੰ ਵੀ ਗਾਉਣਾ ਚਾਹੀਦਾ, ਹਾਂ ਲੁੱਥ ਲੈਣਾ ਨਿਆਦ ਹੁਸੈਨ। ਮੇਰਾ ਹੱਕ ਬਣਦਾ ਮੈਂ ਆਪਣੇ ਬਾਦਸ਼ਾਹ ਲਈ ਦੀ ਇੱਜ਼ਤ ਬਿਆਨ ਕਰਾਂ, ਔਰ ਜਿਹਦੇ ਜਿਹਦੇ ਪੀਰ ਦੀ ਗੱਲ ਹੋਵੇ ਲਾਲਾ ਉਹ ਉਤਨਾ ਸੋਹਣਾ ਬੋਲੇ। ਮੈਂ ਪਹਿਲਾਂ ਪਹਿਲਾਂ ਮਿਸਰਾ ਹਦੀਆ ਕਰ ਰਿਹਾ, ਅੱਲਾ ਹੈ ਮੇਰੇ ਪੀਰ ਦਾ ਕਲਮਾ ਹੈ ਮੇਰੇ ਪੀਰ ਦਾ, ਸਜਦੇ ਨ ਕਰ ਤੂੰ ਮੌਲਵੀ ਕਾਬਾ ਹੈ ਮੇਰੇ ਪੀਰ। ਸ਼ਾਬਾਸ਼, ਦੋਵੇਂ ਹੱਥ ਉੱਚੇ, ਹੱਥ ਉੱਚੇ, ਹਾਜ਼ਰੀ, ਜ਼ਿੰਦਗੀ ਹੋਵੇ, ਜਿੰਦੇ ਰਹੋ, ਬਸਦੇ ਰਹੋ। ਮਾਂ ਹੁਸੈਨ ਤੁਹਾਡੀ ਨਸਲਾਂ ਦੇ ਨਾਮ ਫਰਮਾਵੇ। ਸਰ ਤੁਹਾਡੀ ਕਿਆ ਬਾਤ ਹੈ, ਇਤਨਾ ਕਮਾਲ ਸਮਾਤ ਫਰਮਾਇਆ, ਖੁਦਾ ਦੀ ਕਸਮ ਇਤਨੀ ਗਰਮੀ ਦੇ ਮੌਸਮ ਵਿੱਚ ਮੈਂ ਤੁਹਾਡੇ ਤਰ੍ਹਾਂ ਦੀ ਹਾਂ, ਆਲਮੀਨ ਦੀ ਮਲਕਾ ਤੁਹਾਡੇ ਤਰ੍ਹਾਂ ਦੀ ਹੋਵੇ, ਤਰ੍ਹਾਂ ਫਰਦਸਾਨੀ ਪੜ੍ਹੀਏ, ਮਗਰ ਦਿਲ ਚਾਰੇ ਮਜ਼ੀਦ ਖੂਬਸੂਰਤ ਕਰਕੇ ਪੇਸ਼ ਕਰਾਂ। ਸੱਚ ਗੱਲ ਕਿਹੜੀ ਆਖ ਰਿਹਾ, ਅੱਲਾਹ ਮੇਰੇ ਪੀਰ ਦਾ ਕਰ ਤੂੰ ਮੌਲਵੀ ਕਾਬਾ ਹੈ ਮੇਰੇ, ਜਿਹਦੇ ਪੀਰ ਦੀ ਗੱਲ ਹੈ ਹੱਥ ਉੱਚਾ, ਕਿਆ ਕਹਿਣੇ ਇਮਾਮ ਜ਼ਮਾਨਾ, ਤੁਹਾਨੂੰ ਸਲਾਮਤ ਰੱਖਣ ਸਾਰੇ ਮਿਲ ਕੇ। ਅੱਲਾ ਹੈ ਮੇਰੇ ਪੀਰ ਦਾ, ਕਲਮਾ ਹੈ ਮੇਰੇ ਪੀਰ ਦਾ, ਕਾਬਾ ਹੈ ਮੇਰੇ ਪੀਰ ਦਾ। ਭਜਨ ਤਿੰਨ ਕਾਫੀ ਮੈਂ ਪੜ੍ਹ ਗਿਆ, ਅਗਲੇ ਕਾਫੀਆਂ ਤੇ ਨਿਗਾਹ ਰਹੇ। ਜਿਸ ਮੌਲਵੀ ਦੇ ਦਿਲ ਦੇ ਵਿੱਚ ਅਲੀ ਦੀ ਦੁਸ਼ਮਣੀ ਹੈ ਚਾਚਾ ਜੀ, ਅਲੀ ਦਾ ਬੁਗਜ਼ ਹੈ, ਤਾਂ ਫਿਰ ਮੌਲਵੀ ਨੂੰ ਇਹ ਵੀ ਲਾਲਚ ਹੈ ਕਿ ਮੈਂ ਜੰਨਤ ਦੇ ਅਮਰੂਦ ਵੀ ਖਾਵਾਂ ਜਾ ਕੇ, ਹਾਂ ਸਪੀਕਰ ਦੇ ਸਾਹਮਣੇ ਖਲੋ ਕੇ ਉਸ ਮੁਲਵਾਨ ਦੇ ਪਾਸ ਮੁਖਾਤਬ ਹੋ ਕੇ ਮੈਂ ਗੱਲ ਕਿਹੜੀ ਆਖ ਰਿਹਾ, ਜੰਨਤ ਦਾ ਬਣ ਕੇ ਲਾਲਚੀ ਅੱਲਾ ਦੇ ਕੋਲੋਂ ਮੰਗਦਾ ਹੈ, ਜੰਨਤ ਦਾ ਬਣ ਕੇ ਲਾਲਚੀ ਅੱਲਾ ਦੇ ਕੋਲੋਂ ਮੰਗਦਾ ਹੈ, ਦਿਲ ਦਾ ਮੁਨਾਫਿਕ ਹੈ ਬੜਾ ਸਰਦਾਰ ਨੂੰ ਤੂੰ ਡੰਗਦਾ ਹੈ, ਦਿਲ ਦਾ ਮੁਨਾਫਿਕ ਹੈ ਬੜਾ ਸਰਦਾਰ ਨੂੰ ਤੂੰ ਫਿਰਾਕ ਹੈ, ਦਿਲ ਦਾ ਮੁਨਾਫਿਕ ਹੈ ਬੜਾ ਸਰਦਾਰ। ਬਸ ਮਾਤਮੀ ਨੂੰ ਦੇਣ ਦਾ ਵਾਦਾ ਹੈ ਮੇਰੇ ਪੀਰ। ਸ਼ਾਬਾਸ਼, ਸ਼ਾਬਾਸ਼, ਹਚਾ ਕੇ ਹਚਾ ਕੇ ਹਾਦਰ, ਕਿਆ ਕਹਿਣੇ, ਆਬਾਦ ਰਹੋ, ਤੁਹਾਡੀ ਜ਼ਿੰਦਗੀ ਅੰਦਰ ਆ ਦੋਵੇਂ। ਬਿਸਮਿਲ੍ਲਾ ਜੀ, ਜੰਨਤ ਖੁਦਾ ਦੀ ਹੈ ਮਗਰ ਕਬਜ਼ਾ ਹੈ ਮੇਰੇ ਪੀਰ ਦਾ, ਬਸ ਮਾਤਮੀ ਨੂੰ ਦੇਣ ਦਾ ਵਾਦਾ ਹੈ ਮੇਰੇ ਪੀਰ ਦਾ। ਭਜਨ ਮਿਸਰਾ ਸੁਣਨਾ, ਤੁਸੀਂ ਰੋਜ਼ ਆਕਰਾ ਮੌਲਵੀਆਂ ਦੇ ਇਮਤਿਹਾਨ ਲੈਂਦੇ ਹੋ,
लेंदे जे ना कदी कदी साडा भी हक बनदा असीं भी तुहाडा इम्तिहान लईए ए मिसरे तेरा इम्तिहान इतनी गर्मी दे विच वेखदे आं ए मजमा ए इलाका इथों इलाके दे सरदार लाला जी किस मयार ते शफकत रज़ादा मिसरा वसूल करदे ने जिन्हां नूं खुशी है ईदे गदीर दी सच मैं गल कड़ी आख रहा बिस्मिल्ला कोलो सड़दा है तेरी इबादत ठीक नहीं दो तरह बंदे हैं ना जेड़े अलामा इकबाल बन के बैठे हुए ने हाँ उन्हें तो मेरी निगाह है भाई सर चो गल करी आखना बिस्मिल्ला कोलो मौला अली नाल लड़दा है तेरी विलादत थी सुभान अल्लाह सच्चा मेरा भाई जान सुभान अल्लाह तुसी जीओ पे खब्बा मल्ला भी कमाल की खलोता सुनाने वाले अल्लाह तुम जिंदगी देवे सामने फ्रंट आले लाले तुसी जरा सर चाओ दुश्मन अली दे पास मुखातब होके आओ सैयदा बिस्मिल्लाह दुश्मन अली दे पास मुखातब होके सैयदा सरदारां दी मौजूदगी विच अपने फिरावां दी मौजूदगी विच कम अज कम मैं अपना टुकर हलाल करके जा रहा जेंदा बंदा खावे उंदे गुण गावे अली दी नालायन दे तलो रिस्क कट्ठा कर दे तो टुकर हलाल करना चाह रहा दुश्मन अली दे पास मुखातब होके लाला मैं गल करी आख रहा इबलीस दा तू यार है तकदीर दा बीमार है सुभान अल्लाह सुभान अल्लाह मेहरबानी सर सर बहुत शुक्रिया सर चल कड़िया खड़े इबलीस दा तू यार मस्जिद च जैनू लभना है चेहरा है मेरे तुम्हें हाथ पीछे करके हर आदमी आदरी जिंदगी उन्हें लाला इत्थे खलो में ते मैं अगला शेर पढ़ा खुदा दी कसम मैं कोई नहीं पढ़ना मैं अलमैन दे दरमियान खलोता मैं नहीं पढ़ना जेड़ा बंदा आदा इत्थे अली मनो इत्थे ना मनो इस हद तक अली मनो इस हद तक अली ना मनो उन्हां दे पास मुखातब होके मैं गल करिया खड़िया जेड़े पास मुंह तू करदा है उस पास लानत आंदियां जेड़ी वजह तो है खुदा सजदा है मेरे पी जेड़ी वजह तो है खुदा शिया बंदा हक उच्चा बंदे आंदा सजदा जान ले सदका है मेरे पी हैदर
सलाम तुझे जीव पै थोड़ी जिंदगी माँ हुसैन की थोड़ी नस्लों तेरा हम फरमावे। एक कसीदा होर पढ़िए बादशाह दी इज्जत दा भाई जान, एक कसीदा होर पढ़िए सरकार मिसरिया के निगार है पहला।